ਹੈਲੋ, ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਨਵਾਂ ਦਿਨ ਅਤੇ ਅੱਜ ਸੰਤਾ ਰਵਨੀ 'ਚ ਸਾਡਾ ਦੂਸਰਾ ਦਿਨ ਹੈ ਵੀ ਅੱਜ ਅਸੀਂ ਇੱਕ ਹੀ ਬੀਚ 'ਤੇ ਜਾਵਾਂਗੇ ਅਤੇ ਸੰਤਾ ਰਵਨੀ ਦਿਖਾਵਾਂਗੇ ਸਾਰੀ, ਕਿਉਂ ਬਹੁਤ ਵੱਡੀ ਹੈ। ਘੱਟੋ ਘੱਟ ਵੀ ਮੇਰੇ ਖਿਆਲ 'ਚ ਇਹ ਜਿਹੜੇ ਘਰ ਬਣੇ ਨੇ ਜਿਹੜੇ 10 ਕਿਲੋਮੀਟਰ ਦੇ ਏਰੀਏ ਦੇ ਵਿੱਚ ਹੋਣੇ ਨੇ। ਅਤੇ ਕੱਲ੍ਹ ਅਸੀਂ ਗਏ ਸੀ ਪਰ ਗੱਲ ਨਹੀਂ ਬਣੀ, ਅਤੇ ਅੱਜ ਜਾਵਾਂਗੇ ਅਤੇ ਅੱਜ ਫਿਰ ਜ਼ਿਆਦਾ ਟਾਈਮ ਉੱਥੇ ਰਹਾਂਗੇ। ਅਤੇ ਗਰਮੀ ਬਹੁਤ ਜ਼ਿਆਦਾ, ਅਤੇ ਇਹ ਹੈ ਸਾਡਾ ਹੋਟਲ। ਇਹ ਦੇਖੋ ਜੀ, ਇਹ ਸਾਡਾ ਹੋਟਲ ਹੈ। ਇੱਥੇ ਜ਼ਿਆਦਾਤਰ ਹੋਟਲ ਜਿਹੜੇ ਨੇ ਇੱਦਾਂ ਛੋਟੇ ਛੋਟੇ ਕਮਰਿਆਂ 'ਚ ਹੀ ਮਿਲਦੇ ਨੇ, ਜਿਵੇਂ ਇੱਕ ਅਪਾਰਟਮੈਂਟ ਹੁੰਦਾ, ਜਿਵੇਂ ਘਰ ਹੁੰਦਾ, ਮਤਲਬ ਇਸ ਤਰ੍ਹਾਂ ਜ਼ਿਆਦਾਤਰ ਇਸ ਤਰ੍ਹਾਂ ਹੀ ਹੁੰਦੇ ਨੇ। ਮਤਲਬ 50% ਲਾ ਲਓ ਇਸ ਤਰ੍ਹਾਂ ਦੇ, 50% ਵੱਡੇ ਵੀ ਹੁੰਦੇ ਨੇ। ਪਰ ਗਰਮੀ ਹੋਣ ਕਰਕੇ, ਸਾਰੀ ਜਨਤਾ ਛੁੱਟੀਆਂ ਹੋਣ ਕਰਕੇ ਵੀ ਸਾਰੀ ਜਨਤਾ ਜਿਹੜੇ ਲੋਕ ਨੇ, ਐਂ ਲੱਗਦਾ ਵੀ ਜਿਵੇਂ ਇਸੇ ਜਗ੍ਹਾ 'ਤੇ ਪਹੁੰਚੇ ਹੁੰਦੇ ਨੇ। ਅਤੇ ਸਾਨੂੰ ਤਾਂ ਫਿਰ ਨਿੱਕੇ ਨਿੱਕੇ ਘਰਾਂ 'ਚ ਘਰ ਮਿਲਿਆ, ਕਰੇ ਮਤਲਬ ਲਾਗੇ ਬੰਨੇ ਨਹੀਂ ਮਿਲਿਆ, ਸਾਰੇ ਬੁੱਕ ਸੀ ਮਹਾਂ ਹੀ ਲੱਭਾ ਘਰ, ਜਗ੍ਹਾ ਮਿਲੀ। ਪਰ ਇਹ ਵੀ ਬਹੁਤ ਸੋਹਣਾ, ਅੰਦਰੋਂ ਵੀ ਬਹੁਤ ਸੋਹਣਾ, ਬਾਹਰੋਂ ਵੀ ਬਹੁਤ ਸੋਹਣਾ। ਦੇਖੋ ਜੀ, ਅਸੀਂ ਸਾਰੇ ਸੁੱਤੇ ਉੱਠੇ ਸੀ ਹੁਣੇ ਅੱਜ ਤੱਕ, ਅਤੇ ਬਾਕੀ ਸਾਰੇ ਸੁੱਤੇ ਨੇ। ਅਸੀਂ ਦੋਵੇਂ ਭੈਣ ਭਰਾ ਉੱਠੇ ਹਾਂ, ਅਤੇ ਆ ਭੈਣ ਮੇਰੀ ਉੱਠ ਕੇ ਸਵੇਰੇ ਸਵੇਰੇ ਜਦੋਂ ਮੈਂ ਬਾਹਰ ਨਿਕਲਿਆ ਤਾਂ ਵੇਖਿਆ ਤਾਂ ਪਾਠ ਕਰਦੀ ਵੀ ਬਾਹਰ ਬਹਿ ਕੇ। ਅਤੇ ਹੁਣ ਜਿਹੜਾ ਬੰਦਾ ਜਿੱਦਾਂ ਆਦਤ ਬਣੀ ਇੱਕ ਵੀ ਹਾਂ ਵੀ ਸਵੇਰੇ ਉੱਠ ਕੇ ਪਾਠ ਕਰਨਾ ਹੀ ਕਰਨਾ, ਅਤੇ ਉਹ ਸਵੇਰੇ ਪਹਿਲਾਂ ਉੱਠ ਕੇ ਬਾਹਰ ਬਹਿ ਕੇ ਪਾਠ ਕਰਦੇ ਪਏ। ਅੱਜ ਅਸੀਂ ਇੰਟਰ ਕੀਤਾ ਸੀ, ਗਰਮੀ ਬੜੀ ਸੀ, ਅਤੇ ਨਿਆਣੇ ਕਹਿਣ ਲੱਗੇ ਵੀ ਆਇਸ ਖਾਣੀ ਹੈ, ਅਤੇ ਮੈਂ ਕਿਹਾ ਚਲੋ ਬਈ ਸਭ ਤੋਂ ਪਹਿਲਾਂ ਆਇਸ ਦਾ ਟੂਰ ਕਰਦੇ ਹਾਂ, ਦੇਖੋ ਕਿੰਨੀ ਵਰਾਇਟੀ ਆਇਸ ਦੀ। ਉੱਥੇ ਵੱਖ ਵੱਖ ਤਰੀਕਿਆਂ ਨਾਲ ਸਮਾਨ ਪਾ ਕੇ ਦਿੰਦੇ ਨੇ। ਹਿਸਾਬ ਕਿਤਾਬ ਲੱਗਦਾ ਵਾ ਕਿਹੜੀ ਲੈਣੀ ਹੈ, ਵਰਾਇਟੀ ਵੀ ਜ਼ਿਆਦਾ ਹੋਵੇ ਤਾਂ ਪਤਾ ਨਹੀਂ ਲੱਗਦਾ ਕਿਹੜੀ ਖਾਈਏ। ਅਸੀਂ ਅੱਜ ਪਹੁੰਚ ਗਏ ਸੰਤਾ ਰਵਨੀ, ਇੱਥੋਂ ਅੱਜ ਸ਼ੁਰੂ ਕਰਨ ਲੱਗੇ ਹਾਂ ਆਪਾਂ। ਇੱਥੋਂ ਆਪਾਂ ਅੱਜ ਆਪਾਂ ਤੁਹਾਨੂੰ ਸਾਰਾ ਇੱਥੇ ਦਿਖਾਉਂਦੇ ਹਾਂ। ਅਤੇ ਇੱਥੇ ਹੁਣ ਕਰੀਬ 4 ਵਜੇ ਨੇ, ਪਰ ਅੱਜ ਦਾ ਜਿਹੜਾ ਟੈਂਪਰੇਚਰ 42 ਗ੍ਰੇਡ ਹੈ, ਅੱਜ ਬਹੁਤ ਜ਼ਿਆਦਾ ਗਰਮੀ ਹੈ। ਪਰ ਲੋਕਾਂ ਦਾ ਵੀ ਪੂਰਾ ਰਸ਼ ਹੈ, ਗਰਮੀ ਦਾ ਵੀ ਜ਼ੋਰ ਹੈ ਪਰ ਲੋਕਾਂ ਦਾ ਵੀ ਪੂਰਾ ਜ਼ੋਰ। ਲੋਕ ਛਾਵੇਂ ਛਾਵੇਂ ਬਹਿ ਕੇ ਫਿਰ ਵੀ ਆਪਣਾ ਇਸ ਚੀਜ਼ ਦਾ ਆਨੰਦ ਲੈਂਦੇ ਪਏ ਨੇ, ਅਤੇ ਆਪਾਂ ਵੀ ਹੁਣ ਨਿਕਲਦੇ ਹਾਂ। ਚਲੋ ਆ ਜਾਓ ਬਈ ਚੱਲੀਏ।
ਇੱਥੇ ਜਿਹੜਾ ਛੋਟੀਆਂ ਛੋਟੀਆਂ ਗਲੀਆਂ ਨੇ ਸਾਰੇ ਪਾਸੇ, ਅਤੇ ਗਲੀ ਦੇ ਵਿੱਚ 2-3 ਕਿਲੋਮੀਟਰ ਥੱਲੇ, 3 ਕਿਲੋਮੀਟਰ 2-3 ਮੀਟਰ ਅਤੇ 4 ਮੀਟਰ ਥੱਲੇ ਜਾ ਕੇ ਲੋਕਾਂ ਦੇ ਆਪਣੇ ਪ੍ਰਾਈਵੇਟ ਪ੍ਰੋਪਰਟੀਆਂ ਆ ਜਾਂਦੀਆਂ ਨੇ, ਜਿਵੇਂ ਹੋਟਲ ਵਗੈਰਾ ਬਣਾਏ ਨੇ, ਅਤੇ ਉਹਨਾਂ ਜਗ੍ਹਾ 'ਤੇ ਉਹੀ ਲੋਕ ਜਾ ਸਕਦੇ ਨੇ ਜਿਨ੍ਹਾਂ ਨੇ ਮਤਲਬ ਹੋਟਲ ਬੁੱਕ ਕੀਤੇ ਨੇ, ਜਾਂ ਜਿਨ੍ਹਾਂ ਦੀ ਬੁਕਿੰਗ, ਜਾਂ ਜਿਹੜੇ ਇੱਥੇ ਕਿਰਾਏ 'ਤੇ ਰਹਿੰਦੇ ਪਏ ਨੇ ਉਹੀ ਜਾ ਸਕਦੇ ਨੇ। ਹੁਣ ਜਿੱਦਾਂ ਇੱਦਾਂ ਹਰ ਥਾਂ 'ਤੇ ਨਾ ਹੱਦ ਲਾਈ ਇੱਕ, ਅਤੇ ਪ੍ਰੋਪਰ ਅਸੀਂ ਉਹੀ ਬੰਦਾ ਉੱਥੇ ਜਾ ਸਕਦਾ ਜਿਨ੍ਹਾਂ ਨੇ ਇਸ ਹੋਟਲ ਦਾ ਕਿਰਾਇਆ ਦਿੱਤਾ ਹੈ। ਅਤੇ ਸਾਰੀ ਥਾਂ 'ਤੇ ਆਪਾਂ ਜਾ ਵੀ ਨਹੀਂ ਸਕਦੇ ਅਤੇ ਦੇਖ ਵੀ ਨਹੀਂ ਸਕਦੇ, ਕਿਉਂ ਸਾਰੀ ਜਗ੍ਹਾ 'ਤੇ ਹੋਟਲ ਆਪਾਂ ਲੈ ਵੀ ਨਹੀਂ ਸਕਦੇ, ਵੀ ਕਾਫੀ ਮਹਿੰਗਾ ਇਸ ਜਗ੍ਹਾ 'ਤੇ ਹੋਟਲ ਵੀ ਸਾਰਾ ਕੁਛ ਹੈ। ਇੱਥੇ ਇੱਦਾਂ ਇੱਥੇ ਨਿੱਕੇ ਨਿੱਕੇ ਸਾਰੇ ਹੋਟਲ ਨੇ ਛੋਟੇ ਛੋਟੇ, ਅਤੇ ਛੋਟੇ ਛੋਟੇ ਇਹਨਾਂ ਨੇ ਸਵੀਮਿੰਗ ਬਾਥ ਬਣਾਏ ਨੇ ਨਿੱਕੇ ਨਿੱਕੇ, ਜਿਵੇਂ 1-2 ਫੈਮਿਲੀ 2-4 ਬੰਦੇ ਨੇ, ਅਤੇ ਉਹਦੇ ਸਾਹਮਣੇ ਅੰਦਰ ਵੀ ਇੱਥੇ ਮੈਂ 2-3 ਕਮਰੇ ਹੋਣੇ ਨੇ। ਇੱਥੇ ਜਿਹੜੇ ਘਰ ਨੇ ਸਾਰੇ ਵੱਖ ਵੱਖ ਮਾਡਲ ਦੇ ਘਰ ਨੇ ਸਾਰੇ, ਮਤਲਬ ਵੇਖਣ ਨੂੰ ਬਹੁਤ ਸੋਹਣੀ ਚੀਜ਼ ਹੈ। ਅਤੇ ਜਦੋਂ ਆਪਾਂ ਇਕੱਠੇ ਵੇਖਦੇ ਹਾਂ ਸਾਰੇ ਆਪਣੀ ਅੱਖ ਦੇ ਨਾਲ, ਤਾਂ ਇੱਕ ਵੱਖਰੇ ਮਜ਼ਾ ਹੁੰਦਾ। ਪਰ ਅਸੀਂ ਮੈਂ ਪੂਰੀ ਕੋਸ਼ਿਸ਼ ਕਰਦਾ ਪਿਆ ਵੀ ਕੈਮਰੇ ਦੀ ਅੱਖ ਨਾਲ ਵੀ ਤੁਹਾਨੂੰ ਨਾ ਉਸੇ ਤਰ੍ਹਾਂ ਮੈਂ ਪੂਰਾ ਦਿਖਾਵਾਂ, ਜਿਹੜਾ ਤੁਸੀਂ ਵੀ ਪੂਰਾ ਆਨੰਦ ਲੈ ਸਕੋ ਇਸ ਚੀਜ਼ ਦਾ, ਕਿ ਕਿੱਡੇ ਸੋਹਣੇ ਘਰ ਨੇ। ਤੁਸੀਂ ਦੇਖਦੇ ਹੋਣੇ ਵੀ ਘਰ ਕਰਾ ਕੇ ਮੈਨੂੰ ਇਹ ਕਰਾ ਮੇਰੇ ਗਿਆ ਥੱਲੇ ਜਾਣ ਵਾਸਤੇ, ਅਤੇ ਮੈਂ ਕੋਈ ਨਹੀਂ ਛੱਡਿਆ, ਤਾਂ ਮੈਂ ਮਿੰਟ ਮਾਰਿਆ ਹੁਣ ਥੱਲੇ ਆਉਣ ਵਾਸਤੇ, ਵੀ ਥੱਲੇ ਦਾ ਸਾਰਾ ਵਿਊ ਤੁਹਾਨੂੰ ਦਿਖਾਈਏ ਵੀ ਥੱਲੇ ਕੀ ਚੀਜ਼ ਆ। ਦੇਖੋ ਛੋਟੀਆਂ ਛੋਟੀਆਂ ਕਿਸ਼ਤੀਆਂ ਨੇ, ਤੁਸੀਂ ਘੁੰਮਣਾ ਚਾਹੁੰਦੇ ਹੋ ਕਿਸ਼ਤੀਆਂ ਨਾਲ ਵੀ ਘੁੰਮ ਸਕਦੇ ਹੋ। ਅਤੇ ਮੈਂ ਅੱਜ ਹੋਰ ਥੱਲੇ ਜਾਵਾਂਗਾ, ਜਿੱਥੇ ਨਾਲ ਕਿਤੇ ਸਟੋਪ ਨਾਲ ਲਿਖਿਆ ਗਿਆ ਉੱਥੇ ਤੱਕ ਮੈਂ ਜਾਵਾਂਗੇ, ਕਿਉਂਕਿ ਘੱਟੋ ਘੱਟ ਮੇਰੇ ਖਿਆਲ 'ਚ ਕੋਈ 2 ਕਿਲੋਮੀਟਰ ਤੋਂ ਉੱਚਾ ਹੋਣਾ ਹੀ ਹੈ, 1.5 ਤੋਂ ਘੱਟ ਨਹੀਂ ਹੋਣਾ ਹੈਗਾ। ਆਹ ਤਾਂ ਗਿਆ ਹੁਣ ਚਾਓ ਚਾਈ, ਕੋਈ ਜਾਵਾਂਗਾ ਉੱਪਰ ਤਾਂ ਫਿਰ ਪਤਾ ਲੱਗਣਾ ਕੀ ਪਾ ਪੀਤੀ। ਅਤੇ ਬਹੁਤ ਸੋਹਣਾ, ਬੰਦਾ ਨਾ ਦੇਖਦਾ ਹੀ ਰਹਿੰਦਾ, ਪਰ ਸੂਰਜ ਵੀ ਅੱਜ ਆਪਣੇ ਪੂਰੇ ਜ਼ੋਰਾਂ 'ਤੇ ਵੇ ਮਤਲਬ 42-43 ਡਿਗਰੀ ਅੱਜ ਟੈਂਪਰੇਚਰ ਹੈ। ਦੇਖੋ ਇਹ ਜਿਹੜਾ ਰਸਤਾ ਜਿਹੜਾ ਥੱਲੇ ਨੂੰ ਜਾਂਦਾ ਪਿਆ ਆਪਾਂ, ਮੈਂ ਜਿੱਥੇ ਜਾਂਦਾ ਪਿਆ ਮਤਲਬ ਬਿਲਕੁਲ ਛੋਟਾ ਜਿਹਾ ਰਸਤਾ, ਅਤੇ ਪੱਥਰ ਨੇ ਕੱਚਾ ਰਸਤਾ ਹੈ। ਅਤੇ ਪਰ ਕਈ ਵਾਰੀ ਕਹਿੰਦੇ ਵੀ ਚੀਜ਼ ਜਿੱਥੇ ਉੱਪਰੋਂ ਸੋਹਣੀ ਦਿਸਦੀ ਹੋਵੇ ਤਾਂ ਜਾਣ ਨੂੰ ਦਿਲ ਕਰਦਾ, ਪਰ ਰਸਤਾ ਬਹੁਤ ਔਖਾ ਹੈ। ਅਤੇ ਜਿਹੜਾ ਮਨ ਨੇ ਅੱਖਾਂ ਨੇ ਜਿਹੜੀਆਂ ਉਹ ਲੋਚਦੀਆਂ ਪਈਆਂ ਨੇ ਵੀ ਚਲੋ ਜਾ ਕੇ ਥੱਲੇ ਜਾ ਕੇ ਵੇਖਾਂ ਮੈਂ,
ਤੇ ਜੇ ਮੇਰੇ ਕੋਲ ਥੱਲੇ ਜਾਣਾ ਆ ਤਾਂ ਮੈਂ ਥੱਲੇ ਵੀ ਜਾਵਾਂਗਾ। ਦੇਖੋ ਜੀ ਸਾਰਾ ਕੁਛ ਕਿੱਡਾ ਮਤਲਬ ਡੇਂਜਰ ਹੈ, ਕਿੱਡਾ ਖਤਰਨਾਕ ਕੰਮ ਹੈ ਵੀ ਪਹਾੜੀ ਜਿਹੜੀ ਸਿਰਫ ਮਿੱਟੀ ਦੇ ਨਿੱਕੇ ਨਿੱਕੇ ਪੱਥਰ ਨੇ ਅਤੇ ਪੱਥਰ ਕਈ ਵਾਰ ਆ ਦੇਖੋ ਤੁਸੀਂ ਰਸਤੇ ਦੇ ਵਿੱਚ ਡਿੱਗੇ ਵੀ ਹੈਗੇ ਨੇ, ਪਰ ਦੂਜੇ ਪਾਸੇ ਇਹ ਵੇ ਜਿਹੜਾ ਇਸ ਚੀਜ਼ ਦਾ ਵਿਊ ਹੈ ਪਹਾੜੀ ਦਾ ਉਹ ਇੱਥੇ ਥੱਲੇ ਆ ਕੇ ਪਤਾ ਲੱਗਦਾ ਵੀ ਕੀ ਚੀਜ਼ ਹੈ। ਅਤੇ ਬਾਕੀ ਸਾਰਾ ਪਰਿਵਾਰ ਫੈਮਿਲੀ ਸਾਰੀ ਉੱਪਰ ਹੀ ਰਹਿ ਗਈ ਹੈ ਵੀ ਉਹਨਾਂ ਨੂੰ ਲੱਗਾ ਵੀ ਨਹੀਂ ਵੀ ਥੱਲੇ ਜਾਣਾ ਔਖਾ ਹੈ, ਪਰ ਮੈਂ ਚੁੱਪ ਚਾਪ ਹੀ ਨਿਕਲਿਆ, ਕਿਸੇ ਨੂੰ ਨਹੀਂ ਪਤਾ ਵੀ ਮੈਂ ਕਿੱਧਰ ਹਾਂ। ਪਰ ਅਸੀਂ ਇੱਕ ਦੱਸਿਆ ਰਸਤੇ 'ਤੇ ਹਾਂ ਵੀ ਜੇ ਭੁੱਲ ਭੱਲ ਵੀ ਗਿਆ ਕੋਈ ਵੀ ਤਾਂ ਇਸ ਜਗ੍ਹਾ 'ਤੇ ਆ ਕੇ ਇਕੱਠੇ ਹੋਣਾ ਵੀ ਇਸ ਜਗ੍ਹਾ 'ਤੇ ਮਿਲਾਂਗੇ। ਅਤੇ ਮੈਨੂੰ ਤਾਂ ਬਹੁਤ ਸੋਹਣਾ ਲੱਗਣ ਡਿਆ ਵੀ ਇੱਥੋਂ ਨਾ ਵੀ ਕਹਿੰਦੇ ਵੀ ਐਡਾ ਸੋਹਣਾ ਵਿਊ ਹੈ ਵੀ ਅੱਗੇ ਜਾਣ ਨੂੰ ਨਾ ਪਿੱਛੇ ਜਾਣ ਨੂੰ ਨਾ ਅੱਗੇ ਜਾਣ ਨੂੰ ਦਿਲ ਕਰਦਾ, ਬੰਦਾ ਕਹਿੰਦਾ ਵੀ ਖਲੋ ਕੇ ਇੱਥੇ ਅੱਖਾਂ ਟਿਕਾ ਕੇ ਬਸ ਵੇਖੀ ਜਾਈਏ। ਅਤੇ ਜਿਹੜਾ ਨਿੱਕੀ ਜਿਹੀ ਸੜਕ ਜੀ ਗਲੀ ਜੀ ਬਣੀ ਇਹਦੇ 'ਚ ਵੀ ਡਿੱਗੇ ਨੇ, ਪਰ ਅਸੀਂ ਇਹ ਕਹਿ ਭਾ ਮੇਰਾ ਅਤੇ ਅਸੀਂ ਦੋਵੇਂ ਜਿਹੜੇ ਅਮੈਰੀਕਾ ਤੋਂ ਆਇਆ ਅਤੇ ਅਸੀਂ ਦੋਨਾਂ ਨੇ ਬੜਾ ਦਿਲ ਰੱਖ ਕੇ ਨਾ ਵੀ ਟਰਾਈ ਕੀਤੀ ਵੀ ਚਲੋ ਥੱਲੇ ਜਾਣਾ ਹੀ ਜਾਣਾ, ਜਿੱਦੀ ਉਹ ਵੀ ਬੜਾ ਅਤੇ ਜਿੱਦੀ ਮੈਂ ਵੀ ਬੜਾ ਵਾਂ। ਅਤੇ ਕੋਸ਼ਿਸ਼ ਪੂਰੀ ਹੈ ਵੀ ਬਚਦੇ ਬਚਾਉਂਦੇ ਥੱਲੇ ਜਾ ਕੇ ਦਿਖਾਇਆ, ਦੇਖੋ ਕਿੰਨਾ ਔਖਾ ਰਸਤਾ ਮਤਲਬ ਆਹ ਦੇਖੋ ਜੀ ਕਿੰਨਾ ਖਤਰਨਾਕ ਰਸਤਾ ਹੈ, ਇੱਕ ਪਾਸੇ ਪਹਾੜੀ ਆ ਅਤੇ ਨਿੱਕੇ ਨਿੱਕੇ ਪੱਥਰ ਭੁਰ ਭੁਰ ਡਿੱਗੇ ਨੇ। ਇੱਧਰ ਨੂੰ ਆਉਂਦਾ ਕੋਈ ਨਹੀਂ, ਅਸੀਂ ਦੋਨਾਂ ਜਿਹਨੇ ਰਿਸਕ ਲਿਆ ਪੂਰਾ ਵੀ ਚਲੋ ਥੱਲੇ ਜਾ ਕੇ ਦੇਖਦੇ ਹਾਂ ਨਜ਼ਾਰਾ, ਦੇਖੋ ਆ ਕਿੱਡਾ ਸੋਹਣਾ ਲੱਗਣ ਡਿਆ। ਜਿਵੇਂ ਜਿਵੇਂ ਅਸੀਂ ਲਾਗੇ ਜਾਂਦੇ ਹਾਂ ਜਿਹੜਾ ਸਾਨੂੰ ਪਾਣੀ ਸਾਹਮਣੇ ਦਿਸਣ ਡਿਆ ਹੋਰ ਸੋਹਣਾ ਲੱਗਦਾ ਇਹਦੇ, ਅਤੇ ਹੋਰ ਆਤਮਾ ਭੜਕਦੀ ਵੀ ਛੇਤੀ ਛੇਤੀ ਚੱਲੀਏ ਥੱਲੇ, ਪਰ ਰਸਤਾ ਬਹੁਤ ਔਖਾ ਅਤੇ ਸਾਨੂੰ ਹੌਲੀ ਹੌਲੀ ਜਾਣਾ ਪੈਣਾ। ਆਹ ਦੇਖੋ ਜੀ ਪਹਿਲਾਂ ਅਸੀਂ ਹੋਟਲ ਪੁਰਾਣਾ ਸੀ ਜਿਹੜਾ ਹੁਣ ਬੰਦ ਹੋ ਗਿਆ, ਮਤਲਬ ਡਿੱਗ ਡੁੱਗ ਪਿਆ ਢੱਠ ਗਿਆ ਪਹਾੜਾਂ ਦੇ ਡਿੱਗਣ ਦੇ ਨਾਲ, ਅਤੇ ਸਾਰਾ ਕੁਛ ਬੰਦ ਹੋ ਗਿਆ ਵੀ ਦੇਖੋ ਸਾਹਮਣੇ। ਪਹਿਲਾਂ ਲੋਕ ਇਹਨੂੰ ਵਰਤਦੇ ਸੀ ਅਤੇ ਉੱਪਰ ਵੇਖੋ ਜਿਹੜੀ ਸੰਤਰ ਉਹਨੀ ਪੂਰੀ ਉੱਪਰ ਤੁਹਾਨੂੰ ਦਿਖਾਈ ਦਿੰਦੀ ਵੀ ਪਹਾੜੀ ਦਾ ਟੱਕ ਜਿਹੜਾ ਕਿੰਨਾ ਉੱਚਾ ਹੈ ਵੀ ਮੈਂ ਕਿੰਨਾ ਥੱਲੇ ਆ ਗਿਆ, ਘੱਟੋ ਘੱਟ 2 ਮੀਟਰ 2 ਕਿਲੋਮੀਟਰ ਥੱਲੇ ਹੋਣਾ ਘੱਟੋ ਘੱਟ ਵੀ। ਅਤੇ ਆ ਤਾਂ ਗਿਆ ਹੁਣ ਬੜੇ ਚਾਓ ਚਾਏ ਤੋਂ ਜਾਣ ਲੱਗਿਆ ਪਤਾ ਲੱਗੇਗਾ ਅਤੇ ਆਹ ਦੇਖੋ ਕਿੱਡਾ ਸੋਹਣਾ ਵਿਊ ਹੈ ਵੀ ਲੋਕ ਜਿਹੜਾ ਕੋਈ ਵਿਰਲਾ ਆਇਆ ਨਹਾਉਂਦਾ ਵੀ ਪਿਆ। ਪਹਿਲਾਂ ਇਹ ਹੋਟਲ ਹੁੰਦਾ ਸੀ ਅਤੇ ਹੁਣ ਪੁਰਾਣਾ ਹੋ ਗਿਆ ਵੀ ਪਹਾੜ ਪੁਰ ਡਿੱਗਣ ਕਰਕੇ ਸਾਰਾ ਕੁਛ ਮਤਲਬ ਬੰਦ ਬੰਦ ਕਰ ਛੱਡਿਆ ਇਹਦਾ, ਅਤੇ ਆਹ ਇਹਦਾ ਵਿਊ ਇੱਦਾਂ ਇੱਧਰ ਕਮਰਾ ਬਣਿਆ ਇੱਕ ਨਿੱਕਾ ਜਿਹਾ ਇਹ ਚੀਜ਼ ਸੀ। ਅਤੇ ਆਹ ਦੇਖੋ ਪਹਾੜਾ ਪਹਾੜੀ ਕਿੰਨੀ ਉੱਚੀ ਹੈ, ਭਾਅ ਜਿਹੜਾ ਅਮੈਰੀਕਾ ਤਾਂ ਮੇਰੇ ਨਾਲ ਆਏ ਸੀ, ਇਹ ਕੱਚਾ ਕੁੱਛਾ ਲੈ ਕੇ ਆਇਆ ਸੀ ਆਪਣਾ ਸਾਰਾ ਸਮਾਨ ਨਹਾਉਣ ਵਾਸਤੇ, ਪਰ ਅਸੀਂ ਕੋਈ ਨਹੀਂ ਲਿਆਏ, ਮੈਂ ਕੋਈ ਨਹੀਂ ਲਿਆਇਆ, ਪਰ ਨਹਾਉਣ ਦਾ ਰਹਿ ਗਿਆ ਮਨ ਦੇ ਵਿੱਚ ਹਾਂ ਜੀ ਸੰਤਰ ਉਹਨੇ ਜਾ ਕੇ ਮੈਂ ਉੱਥੇ ਦੇ ਸਮੁੰਦਰ ਦੇ ਕੰਢੇ ਨਹਾਤਾ ਨਹੀਂ, ਮੂੰਹ ਹੱਥ ਧੋਵਾਂਗਾ ਪੈਰ ਵੀ ਜ਼ਰੂਰ ਧੋਵਾਂਗਾ, ਕਿਉਂ ਵੀ ਇੱਕ ਬੜੀ ਵੱਡੀ ਚੀਜ਼ ਹੈ ਵੀ 2-2.5 ਕਿਲੋਮੀਟਰ ਥੱਲੇ ਪੱਥਰਾਂ ਦੇ ਵਿੱਚ ਉਤਰ ਕੇ ਨਿੱਕੇ ਨਿੱਕੇ ਪੱਥਰ ਰਾਹ ਵੀ ਕੋਈ ਨਹੀਂ ਹੈਗਾ ਵੀ ਐਡੇ ਔਖੇ ਤਰੀਕੇ ਨਹਾਉਣਾ ਅਤੇ ਜਾ ਕੇ ਜੇ ਮਨ ਦਾ ਇਹ ਵੀ ਸ਼ੌਂਕ ਨਾ ਪੂਰਾ ਹੋਇਆ ਤਾਂ ਫਿਰ ਕੀ ਫਾਇਦਾ। ਹੁਣ ਮੈਂ ਬੂਟ ਲਾਹੁੰਦਾ ਵਾਂ
ਅਤੇ ਮਾੜਾ ਮੋਟਾ ਮੂੰਹ ਹੱਥ ਧੋਨਾ ਵਾਂ, ਪੈਰਾਂ 'ਤੇ ਪਾਣੀ ਪੂਣੀ ਪਾਉਂਦਾ ਵਾਂ, ਮਰ ਜਾਵੇ ਠੰਡਕ ਜੀ ਆਵੇ, ਕਿਉਂ ਗਰਮੀ ਬਹੁਤ ਜ਼ਿਆਦਾ। ਅਤੇ ਆਹ ਲੋਕ ਜਿਹੜੇ ਹੁਣ ਸ਼ਿਪਾਂ 'ਤੇ ਆਏ ਨੇ ਦੂਜੇ ਪਾਸਿਓਂ, ਨਿੱਕੇ ਨਿੱਕੇ ਸ਼ਿਪ, ਵੱਡੇ ਵੱਡੇ ਸ਼ਿਪ, ਉਹ ਸਾਰੇ ਆ ਨਹਾਉਂਦੇ ਪਏ ਨੇ, ਆਪਣਾ ਇੰਜੋਏ ਕਰਦੇ ਪਏ ਨੇ, ਪਰ ਅਸੀਂ ਤੁਰ ਕੇ ਆ ਗਏ ਸਹਿ ਸਹਿਜ ਨਾਲੇ ਦੇ, ਵੀਡੀਓ ਬਣਾਉਂਦੇ ਪਏ ਹਾਂ ਅਤੇ ਆਪਣੇ ਭੈਣ ਭਰਾ ਨੂੰ ਦਿਖਾਉਂਦੇ ਪਏ ਹਾਂ ਵੀ ਹਾਂ ਵੀ ਆਹ ਸਾਰਾ ਵੇਖੋ ਤੁਸੀਂ ਸੰਤਰਨ ਦਾ ਵਿਊ ਵੀ ਕਿੱਡਾ ਵਧੀਆ ਅਤੇ ਕਿੱਡਾ ਸੋਹਣਾ। ਅਤੇ ਆ ਮੈਂ ਹੁਣ ਕਰਦਾ ਵਾਂ ਬੰਦ, ਅਤੇ ਮਾੜਾ ਮੋਟੇ ਧੋ ਲਈਏ ਅਸੀਂ ਵੀ ਹੱਥ ਪੈਰ। ਕਿਉਂ ਪਹਾੜ ਬਹੁਤ, ਜਿਹੜਾ ਰਸਤਾ ਬਹੁਤ ਖਤਰਨਾਕ ਰਸਤਾ ਹੈ।